लेख न मिट ही है सखी जो लिखिया करतार। लेख ना मिट ही ए सखी जो लिखिया करतार। लेख ना मिट ही ए सखी जो लिखिया करतार। जप लो लेख ना मिट जो लिखिया करतार। लेख ना मिट ही है सखी जो लिखिया करतार। कपलो लेख ना मिट ही है सखी जो लिखिया करतार। आपे कारण जिन किया कर कृपा पगतार। आपे कारण जिन किया कर कृपा पगतार। जो लिखिया करतार हे सखी जो लिखिया करतार। करते हाथ वडियाइया बूझो गुर विचार। करते हाथ वडियाइया बूझो गुर विचार। लिखिया फेर ना सकी फेर ना सकिए। जो पावी त्यो सार जो पावी त्यो सार। लेख ना मिट ही है सखी जो लिखिया करतार। जप लो लेख ना मिट ही ए सखी जो लिखिया करतार। नदर तेरी सुख पाया नानक शब्द विचार। नदर तेरी सुख पाया नानक शब्द विचार। मन मुख फूले पच मुए मन मुख फूले प
पचमुए उबरे कुर विचार उबरे कुर विचार लेख न मिट ही हे सके जो लिखिया करतार जप लो जो लिखिया करतार लेख ना मिट ही हे सखी जो लिखिया करतार जैसी कलम मुड़ी है मस्तक तैसी जी अड़े पास कीर्तन का विषय है कर्मा का फल एक ऐसी अगमी कलम नाल तेरे कीते हुए कर्मा अनुसार तेरे मस्तक ते लेख लिख दिते गए ने ना उन्हां नूं कोई पढ़ सकता है ना समझ सकता है ना कोई उन्हां नूं बदल सकता है लेख ना मिट ही हे सखी जो लिखिया करतार जपो जी लेख जो लिखिया करतार एक बारी सारे मिलके जपियो जी लेख ना मिट ही हे सखी जो लिखिया करतार जप लो लेख ना मिट ही हे सखी जो लिखिया गुरु ग्रंथ साहिब महाराज जी दी एक एक पंक्ति एक मजमून है एक विषय है सत्संगी कर्मा का फल बहुत गुंजलदार सवाल है कर्मा दे हरेक धर्म दे अपने अपने ख्याल ने कर्मा प्रति पर जो मैं तुहानू सुनावांगा गुरमत दे कर्मा प्रति की ख्याल ने आप जी बाणी विचों सरवण करियो गुरु ग्रंथ साहिब दी जदों कर्मा दी गल करदे ने ते ओह की कहंदे ने ओह कहंदे इह शरीर जमीन है इस जमीन विच जो बीजेगा तू ओही वटेगा फिर सुनिया जी ਇਹ ਸਰੀਰ ਇੱਕ ਜ਼ਮੀਨ ਹੈ ਜੋ ਬੀਜੇਗਾ ਉਹੀ ਵੱਡੇਗਾ ਖੇਤ ਸਰੀਰ ਜੋ ਬੀਜੀਏ ਅੰਤ ਖਲੋਤਾਇ ਫਿਰ ਇਹਨੂੰ ਕਹਿ ਲਈਏ ਜੇ ਦੁੱਖ ਨੇ ਕਲੇਸ਼ ਨੇ ਵਿਪਤਾ ਹੈ ਜ਼ਰੂਰ ਬੀਜਿਆ ਗਿਆ ਸੀ ਜੇ ਜੀਵਨ ਵਿੱਚ ਕਲੇਸ਼ ਆ ਗਿਆ ਹੈ ਨਾ ਜ਼ਰੂਰ ਕਿਸੇ ਲਈ ਤੂੰ ਵੀ ਕਲੇਸ਼ ਖੜਾ ਕੀਤਾ ਹੋਣਾ ਹੈ ਪਲਟ ਕੇ ਤੇਰੀ ਝੋਲੀ ਆਇਆ ਹੈ ਕਰਮਾਂ ਦਾ ਫਲ ਜੇ ਜੀਵਨ ਵਿੱਚ ਦੁੱਖ ਆ ਗਏ ਨੇ ਜ਼ਰੂਰ ਕਿਸੇ ਨੂੰ ਦੁੱਖ ਦਿੱਤਾ ਹੋਵੇਗਾ ਪਲਟ ਕੇ ਤੇਰੀ ਝੋਲੀ ਆਇਆ ਹੈ ਜੇ ਖੁਸ਼ੀਆਂ ਆ ਗਈਆਂ ਨੇ ਨਾ ਜ਼ਰੂਰ ਖੁਸ਼ੀਆਂ ਵੰਡੀਆਂ ਹੋਣੀਆਂ ਨੇ ਪਲਟ ਕੇ ਤੇਰੀ ਝੋਲੀ ਆਈਆਂ ਨੇ ਕਿਉਂ ਜੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹੱਥ ਨਾ ਆਵੇ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹੱਥ ਨਾ ਆਵੇ
ਬੀਜੇ ਸੀ ਤਾਂ ਹੀ ਤੈਨੂੰ ਵੱਢਣਾ ਪਿਆ। ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਦੀ ਉਦਾਹਰਣ ਦਿੱਤੀ ਕਰਮਾਂ ਦੀ ਗੱਲ ਕਰਦੇ ਹਾਂ। ਉਹ ਇੱਕ ਪ੍ਰਚਲਿਤ ਜਿਹੀ ਕਹਾਣੀ ਲੈਂਦੇ ਨੇ। ਪ੍ਰਚਲਿਤ ਕਹਾਣੀਆਂ ਤਾਂ ਲਈ ਜਾਂਦੀਆਂ ਨੇ ਕਿਉਂਕਿ ਉਹ ਸਾਨੂੰ ਤੁਹਾਨੂੰ ਆਉਂਦੀਆਂ ਹੁੰਦੀਆਂ ਨੇ, ਜਦੋਂ ਗੱਲ ਹੁੰਦੀ ਹੈ ਤਾਂ ਗੱਲ ਛੇਤੀ ਸਮਝ ਆ ਜਾਂਦੀ ਹੈ। ਸੁਣਿਓ ਜੀ ਸ਼ਰਧਾ ਨਾਲ ਭਾਈ ਗੁਰਦਾਸ ਜੀ ਦੀ ਪਿਆਰੇ ਦੇ ਬੋਲ ਕਰਮਾਂ ਪ੍ਰਤੀ ਉਹ ਕਿਵੇਂ ਸਮਝਾਉਂਦੇ ਨੇ। ਅੰਦਰ ਸਵਾਦ ਉਦਾਸਣੇ ਮੱਥੇ ਵਾਲ ਦਰੋਪਤੀ ਆਂਦੀ। ਦਰੋਪਤੀ ਨੂੰ ਕੇਸਾਂ ਤੋਂ ਪਕੜ ਕੇ ਭਰੇ ਦਰਬਾਰ ਵਿੱਚ ਖਿੱਚ ਕੇ ਲੈ ਆਉਂਦਾ ਹੈ। ਦੂਤਾਂ ਨੂੰ ਫੁਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ। ਪੰਜੇ ਪਾਂਡਵ ਵੇਖਦੇ ਔਖਡ ਰੁੱਦੀ ਨਾਰ ਜਨਾਂਦੀ। ਪੰਜ ਪਾਂਡਵ ਵੇਖ ਰਹੇ ਨੇ ਜਿਨ੍ਹਾਂ ਦੀ ਕਾਰੋਵਾਲੀ ਮੁਸੀਬਤ ਵਿੱਚ ਫਸੀ ਹੋਈ ਹੈ। ਅੱਖੀ ਮੀਟ ਧਿਆਨ ਤਰ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਕੱਪੜ ਕੋਟਿ ਉਸਾਰੀਅਨ ਥੱਕੇ ਦੂਤ ਨਾ ਪਾਰ ਵਿਸ਼ਰਾਂਦੀ। ਹੱਥ ਮਰੋੜਨ ਸਿਰ ਧੁਨਣ ਪੱਛੋ ਤਾਣ ਕਰਨ ਜੈ ਜਾਂਦੀ। ਘਰ ਆਈ ਠਾਕੁਰ ਮਿਲੇ ਪੈਜ ਰਹੇ ਬੋਲੇ ਸ਼ਰਮਾਂਦੀ। ਘਰ ਆਈ ਠਾਕੁਰ ਮਿਲੇ, ਕੌਣ ਮਿਲੇ? ਕ੍ਰਿਸ਼ਨ ਜੀ ਮਿਲੇ ਨੇ। ਤੇ ਉਹ ਪੁੱਛਦੇ ਨੇ ਕਹਿੰਦੇ ਇੱਜ਼ਤ ਰਹਿ ਗਈ, ਪੈਜ ਰਹਿ ਗਈ? ਘਰ ਆਈ ਠਾਕੁਰ ਮਿਲੇ ਪੈਜ ਰਹੇ ਬੋਲੇ ਸ਼ਰਮਾਂਦੀ। ਸ਼ਰਮਾਂਦੀ ਹੋਈ ਬੋਲਦੀ ਏ, ਕਹਿੰਦੀ ਰਹਿ ਗਈ। ਫਿਰ ਉਹ ਕਹਿੰਦੀ ਪੈਜ ਤੇ ਰਹਿ ਗਈ ਏ ਪਰ ਇੱਜ਼ਤ ਖਰਾਬ ਵੀ ਬਹੁਤ ਹੋਈ ਏ। ਭਰੀ ਸਭਾ ਦੇ ਵਿੱਚ ਕੋਈ ਇਸਤਰੀ ਨੂੰ ਕੇਸਾਂ ਤੋਂ ਪਕੜ ਕੇ ਘਸੀਟ ਕੇ ਲਿਜਾਵੇ ਥੋੜ੍ਹੀ ਨਰਾਦਰੀ ਏ। ਇੱਜ਼ਤ ਤੇ ਤੁਸਾਂ ਰੱਖ ਲਈ, ਤੁਸੀਂ ਬੇਇੱਜ਼ਤੀ ਵੀ ਬੜੀ ਕਰਾਈ ਹੈ। ਕ੍ਰਿਸ਼ਨ ਜੀ ਕਹਿੰਦੇ ਨੇ ਬੇਟੀ ਸੁਣ ਮੇਰੀ ਗੱਲ, ਨਾ ਮੈਂ ਕਰਾਈ ਏ ਤੇਰੀ ਬੇਇੱਜ਼ਤੀ ਤੇ ਨਾ ਮੈਂ ਰੱਖੀ ਏ ਤੇਰੀ ਇੱਜ਼ਤ। ਇਹ ਤੇਰੇ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਹੈ, ਤੇਰੇ ਆਪਣੇ ਚੰਗੇ ਮੰਦੇ ਕੀਤਾ ਦਾ ਕੰਮ ਹੈ। ਕਹਿਣ ਲੱਗੀ ਕਿਹੜੇ ਮਾੜੇ ਚੰਗੇ ਕਰਮ? ਕ੍ਰਿਸ਼ਨ ਜੀ ਫਿਰ ਯਾਦ ਕਰਾਉਂਦੇ ਨੇ, ਕਹਿੰਦੇ ਬੇਟੀ ਯਾਦ ਕਰ, ਤੁਸਾਂ ਬਣਾਇਆ ਰੰਗ ਮਹਿਲ, ਉਹਦਾ ਮਹੂਰਤ ਕੀਤਾ, ਤੁਸੀਂ ਸਾਰੇ ਰਿਸ਼ਤੇਦਾਰਾਂ ਨੂੰ ਸੱਦਿਆ ਤੇ ਵਿੱਚ ਪਾਂਡਵ ਵੀ ਆਏ ਨੇ। ਇਹਨਾਂ ਨੇ ਰੰਗ ਮਹਿਲ ਬਣਾਇਆ ਸੀ ਜੋ ਹੁਣ ਵੀ ਖੰਡਰਾਤ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਇੰਡੀਆ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਇਮਾਰਤਾਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਭੁੱਲ ਭੁਲੱਈਆ, ਬੰਦਾ ਅੰਦਰ ਜਾ ਕੇ ਭੁੱਲ ਜਾਂਦਾ ਹੈ। ਇਹਨਾਂ ਉਹਦਾ ਨਾਮ ਰੱਖਿਆ ਰੰਗ ਮਹਿਲ, ਜੋ ਦਿਸਦਾ ਸੀ ਉਹ ਹੈ ਨਹੀਂ ਸੀ, ਜੋ ਹੈ ਸੀ ਉਹ ਦਿਸਦਾ ਨਹੀਂ ਸੀ, ਕੁਝ ਇਸ ਤਰ੍ਹਾਂ ਦਾ ਸੀ। ਇੱਕ ਕਾਰੀਗਰ ਦੀ ਕਲਾ ਸੀ, ਜੋ ਦਰਵਾਜ਼ਾ ਸੀ ਉਹ ਦੀਵਾਰ ਸੀ, ਦੀਵਾਰ ਦਰਵਾਜ਼ਾ ਸੀ, ਜਿਹੜਾ ਰਸਤਾ ਸੀ ਉਹ ਡੂੰਘੀ ਖਾਈ ਸੀ ਤੇ ਜਿਹੜੀ ਡੂੰਘੀ ਖਾਈ ਉਹ ਰਸਤਾ ਸੀ। ਜਦੋਂ ਪਾਂਡਵ ਆਏ ਨਾ ਸੱਜ ਧੱਜ ਕੇ ਮਹੂਰਤ ਤੇ ਆਂਦੇ ਦੀਵਾਰ ਵਿੱਚ ਵੱਜੇ ਗਏ ਤੇ ਦਰਬਾਰ ਉਹਨਾਂ ਨੂੰ ਸ਼ਰਮਿੰਦਿਆ ਕਰਦਾ ਹੈ, ਕਹਿੰਦਾ ਇੱਧਰ ਨੂੰ ਚੱਲੋ। ਜਦੋਂ ਉਹ ਰਸਤੇ ਤੇ ਤੁਰਨ ਲੱਗੇ ਉਹ ਡੂੰਘੀ ਖਾਈ ਵਿੱਚ ਡਿੱਗ ਪਏ। ਡੂੰਘੀ ਖਾਈ ਵਿੱਚੋਂ ਨਿਕਲੇ ਨੇ, ਸਾਹਮਣੇ ਪਲੰਗ ਵਿਛੇ ਹੋਏ ਨੇ, ਜਦੋਂ ਪਲੰਗਾਂ ਤੇ ਬੈਠਣ ਲੱਗੇ ਉੱਥੇ ਡੂੰਘੇ ਟੋਏ ਸਨ, ਡੂੰਘਿਆਂ ਟੋਇਆਂ ਵਿੱਚ ਡਿੱਗ ਪਏ ਤੇ ਕ੍ਰਿਸ਼ਨ ਜੀ ਯਾਦ ਕਰਾਉਂਦੇ ਨੇ, ਕਹਿੰਦੇ ਬੇਟੀ ਯਾਦ ਕਰ, ਇਸ ਜਵਾਨ ਦੇ ਨਾਲ
ਇਸ ਸਰੀਰ ਰੂਪੀ ਜ਼ਮੀਨ ਵਿੱਚ ਤੂੰ ਇੱਕ ਮਾੜਾ ਫਲ ਬੀਜ ਲਿਆ ਸੀ। ਤੂੰ ਸਾਹਮਣੇ ਚਵਾਰੇ ਤੇ ਖਲੋਤੀ ਹੱਸ ਰਹੀ ਸੀ ਤੇ ਤਾਨਾ ਉਹਨਾਂ ਨੂੰ ਮਾਰ ਰਹੀ ਸੀ ਵੀ ਅੰਨਿਆਂ ਦੇ ਅੰਨੇ ਹੀ ਰਹੇ ਨਾ, ਉਹਨਾਂ ਦਾ ਪਿਓ ਅੰਨਾ ਸੀ। ਹੁਣ ਸਾਰੇ ਰਿਸ਼ਤੇਦਾਰ ਆਏ ਹੋਣ, ਏਡੇ ਲੋਕ ਹੋਣ ਤੇ ਇੱਜ਼ਤਦਾਰ ਬੰਦੇ ਹੋਣ ਤੇ ਉਹ ਵਿੱਚ ਤਾਨਾ ਮਾਰਦੀ, ਕਹਿੰਦੀ ਅੰਨਿਆਂ ਦੇ ਅੰਨੇ ਹੀ ਰਹੇ ਨਾ। ਕ੍ਰਿਸ਼ਨ ਜੀ ਯਾਦ ਕਰਾਉਂਦੇ ਨੇ, ਕਹਿੰਦੇ ਜੇ ਅੱਜ ਤੇਰੀ ਨਰਾਦਰੀ ਹੋਈ ਹੈ ਨਾ, ਇਹ ਤੇਰਾ ਆਪਣਾ ਬੀਜਿਆ ਹੋਇਆ ਮਾੜਾ ਕਰਮਾਂ ਦਾ ਫਲ ਸੀ ਜਿਹੜਾ ਉੱਗ ਪਿਆ, ਤੇਰੀ ਬੇਇੱਜ਼ਤੀ ਹੋ ਗਈ। ਜਿਹੜੀ ਤੇਰੀ ਰਹੀ ਹੈ ਇੱਜ਼ਤ, ਉਹ ਵੀ ਸੁਣ ਲੈ, ਉਹ ਇੱਕ ਤੇਰਾ ਚੰਗਾ ਬੀਜਿਆ ਹੋਇਆ ਫਲ ਸੀ। ਕਿਹੜਾ? ਕਹਿੰਦੇ ਇੱਕ ਦਿਨ ਤੂੰ ਨਦੀ ਦੇ ਕਿਨਾਰੇ ਤੇ ਜਾ ਰਹੀ ਸੀ। ਇਹ ਮੈਂ ਤੁਹਾਨੂੰ ਬਾਣੀ 'ਚ ਸੁਣਾ ਰਿਹਾ ਹਾਂ, ਪੰਗਤੀ ਵੀ ਮੈਂ ਤੁਹਾਨੂੰ ਸੁਣਾਵਾਂਗਾ, ਤੁਹਾਨੂੰ ਇੰਜ ਨਾ ਲੱਗੇ ਵੀ ਕਿਤੇ ਅੱਤ ਕਥਨੀ ਹੈ। ਇੱਕ ਦਿਨ ਤੂੰ ਨਦੀ ਦੇ ਕਿਨਾਰੇ ਜਾ ਰਹੀ ਸੀ, ਤੂੰ ਕੀਤਾ ਕਦੀਏ, ਸਿਆਲਾਂ ਦੀ ਰੁੱਤ ਹੈ, ਆ ਸਾਹਮਣੇ ਸਾਧੂ ਨੰਗਾ ਬੈਠਾ ਏ, ਉਹਦੇ ਕੋਲੋਂ ਕੱਪੜਾ ਕੋਈ ਨਹੀਂ, ਤੇ ਤੂੰ ਆਪਣੀ ਸਾੜੀ ਨਾਲੋਂ ਨਾ ਕੁਝ ਲੀਰ ਪਾੜ ਕੇ ਉਹਨੂੰ ਦਿੰਦੀ। ਤੂੰ ਫਿਰ ਕੀ ਦੇਖਿਆ? ਇੰਨੇ ਕੱਪੜੇ ਨਾਲ ਸਰਿਆ ਨੇ, ਫਿਰ ਲੀੜ ਪਾੜ ਕੇ ਦਿੱਤੀ, ਫਿਰ ਨੇ ਸਰਿਆ, ਫਿਰ ਤੂੰ ਕੀ ਕੀਤਾ? ਤਨ ਢੱਕਣ ਜੋਗਾ ਕੱਪੜਾ ਰੱਖ ਲਿਆ, ਬਾਕੀ ਸਾਰੀ ਸਾੜੀ ਉਹਨੂੰ ਦੇ ਦਿੱਤੀ। ਬੇਟੀ, ਅੱਜ ਜਿਹੜੀ ਤੇਰੀ ਇੱਜ਼ਤ ਰਹੀ ਹੈ ਨਾ, ਓ ਨੰਗੇ ਸਾਧੂ ਨੂੰ ਜੋ ਇਸ ਹੱਥ ਨਾਲ ਚੰਗਾ ਬੀਜ ਬੀਜਿਆ ਸੀ, ਲੀਰਾਂ ਦਿੱਤੀਆਂ ਸੀ ਨਾ, ਉਹਨਾਂ ਤੇਰੀ ਇੱਜ਼ਤ ਤੇ ਖਰਾਬ ਕੀਤੀ, ਪਰ ਸਾੜੀਆਂ ਨਾ ਮੁੱਕੀਆਂ। ਬਾਣੀ ਦੀ ਪੰਕਤੀ, ਦ੍ਰੋਪਦੀ ਕੁਪੀਨ ਮਾਤਰ ਦਈ ਜੋ ਮੁਨੀ ਸੁਰੈ ਤਾਂ ਤੇ ਸਭਾ ਮੱਧ ਵਹੇ ਬਸਨ ਪ੍ਰਵਾਹ ਦੀ। ਕਹਿੰਦੇ ਉਹ ਜਿਹੜੀਆਂ ਦ੍ਰੋਪਦੀ ਨੇ ਲੀਰਾਂ ਦਿੱਤੀਆਂ ਸੀ ਨਾ, ਦ੍ਰੋਪਦੀ ਕੁਪੀਨ ਮਾਤਰ ਦਈ ਜੋ ਮੁਨੀ ਸੁਰੈ ਤਾਂ ਤੇ ਸਭਾ ਮੱਧ ਵਹੇ ਬਸਨ ਪ੍ਰਵਾਹ ਜੀ। ਜਿਹੜੀਆਂ ਦ੍ਰੋਪਦੀ ਨੇ ਲੀਰਾਂ ਦਿੱਤੀਆਂ ਸੀ ਜਦੋਂ ਨਰਾਦਰੀ ਹੋਣ ਲੱਗੀ, ਚੰਗਾ ਬੀਜਿਆ ਹੋਇਆ ਬੀਜ ਉਗ ਪਿਆ, ਇੱਜ਼ਤ ਰਹਿ ਗਈ। ਹਾਂ ਸਤਸੰਗੀਓ, ਜਿਉਂ ਜੇ ਕਰਮ ਕਰੇਗਾ ਉਹੋ ਜਿਹੇ ਫਲ ਬੀਜੇਗਾ, ਉਹੋ ਜਿਹੇ ਵੱਢੇਗਾ। ਬਾਬਾ ਫਰੀਦ ਜੀ ਨੇ ਤੇ ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ, ਉਹਨਾਂ ਦੀ ਬਾਣੀ ਠੇਠ ਪੰਜਾਬੀ ਵਿੱਚ ਹੈ, ਉਹ ਕੀ ਕਹਿੰਦੇ ਨੇ? ਲੋੜੇ ਦਾਖ ਬਜੋਰੀਆਂ ਕਿੱਕਰ ਬੀਜੇ ਜੱਟ ਹੰਡੇ ਉਨ ਕਤਾਇੰਦਾ ਪੈਂਦਾ ਲੋੜੇ ਪੱਟ। ਕਿੱਕਰਾਂ ਦੇ ਬੀਜ ਬੀਜੇਗਾ, ਉਹਨਾਂ ਨੂੰ ਅੰਗੂਰ ਨਹੀਂ ਲੱਗਣ ਲੱਗੇ, ਅੰਡੇ ਹੀ ਲੱਗਣਗੇ। ਕਪਾਹ ਬੀਜੇਗਾ ਤੇ ਰੇਸ਼ਮ ਨਹੀਂ ਲੱਗੇਗੀ। ਸੱਚੀ ਸਤਸੰਗੀ, ਕਦੀ ਕਿਸਾਨ ਵੱਲ ਵੇਖੋ, ਉਹ ਜਦੋਂ ਬੀਜਣ ਵਾਸਤੇ ਜਾਂਦਾ ਏ ਤੇ ਇੱਕ ਇੱਕ ਦਾਣੇ ਨੂੰ ਢੋਂਦਾ ਏ, ਉਹ ਕਹਿੰਦਾ ਏ ਬੀਜਣੇ ਨੇ, ਫਿਰ ਉੱਗਣੇ ਵੀ ਨੇ ਤੇ ਫਿਰ ਇਹਨਾਂ ਨੂੰ ਵੱਢਣਾ ਵੀ ਹੈ। ਫਿਰ ਉਹ ਜਿਹੜਾ ਬੀਜ ਏ ਨਾ, ਇੱਕ ਬੋਰੀ 'ਚ ਪਾ ਕੇ ਸਿਰ 'ਤੇ ਰੱਖ ਕੇ ਲੈ ਜਾਂਦਾ ਹੈ ਤੇ ਜਦੋਂ ਵੱਢ ਕੇ ਲਿਆਉਂਦਾ ਏ, ਫਿਰ ਤੇ ਗੱਡਿਆਂ ਤੇ ਟਰਾਲੀਆਂ ਟਰੱਕਾਂ 'ਤੇ ਲੱਦ ਲੱਦ ਕੇ ਲਿਆਉਂਦਾ ਹੈ। ਰੱਬ ਜੀ ਦੀ ਮਰਜ਼ਾਦਾ ਏ, ਇੱਕ ਬੀਜ ਬੀਜੇਗਾ, ਕਈ ਬੀਜ ਲੱਗਦੇ ਨੇ। ਓਏ ਕਿਤੇ ਇੰਨੇ ਮਾੜੇ ਕੰਮ ਨਾ ਕਰ ਲਈ, ਇੰਨਾ ਮਾੜਾ ਕਰਮਾਂ ਦਾ ਬੀਜ ਨਾ ਬੀਜੀ, ਵੱਢਣ ਲੱਗਿਆਂ ਤੈਨੂੰ ਰੋਣਾ ਪਵੇ। ਇੰਨੇ ਮਾੜੇ ਕੰਮ ਨਾ ਕਰ ਲਈ, ਇੰਨਾ ਮਾੜਾ ਬੀਜ ਨਾ ਬੀਜ ਲਈ ਕਿ ਚੁੱਕਣ ਲੱਗਿਆਂ ਤੈਨੂੰ ਰੋਣਾ ਪਵੇ। ਦੱਦੇ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ। ਦੱਦੇ
ਦੇ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਬੀਜੇ ਅਵਰਗਨਾ ਦੱਦੇ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣਿਆ ਦੱਦੇ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣਿਆ ਤਾਰ ਕਲਾ ਜਿਨ ਛੋਟੀ ਹਰ ਕੀਤੀ ਦਿਨ ਰੰਗ ਕੀਆ ਦਿਸਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮ ਪਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੱਦੇ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣਿਆ ਸਿਮਰੋ ਦੱਦੇ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੱਦੇ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣਿਆ ਦੱਦੇ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣਿਆ ਲੇਖ ਨਾ ਮਿਟੀ ਸਖੀ ਜੋ ਲਿਖਿਆ ਕਰਤਾਰ ਜਪ ਲੋ ਲੇਖ ਨਾ ਮਿਟੀ ਸਖੀ ਜੋ ਲਿਖਿਆ ਕਰਤਾਰ ਕਰਮਾਂ ਦੀ ਅਗਲੀ ਬਾਤ ਸੁਣੇ ਕੁਝ ਦੁੱਖ ਸੁੱਖ ਸਾਡੇ ਪੂਰਵਲੇ ਕਰਮਾਂ ਦੇ ਹੁੰਦੇ ਨੇ ਬਾਣੀ ਪੂਰਵਲੇ ਕਰਮਾਂ ਨੂੰ ਮੰਨਦੀ ਹੈ ਮੈਂ ਤੁਹਾਨੂੰ ਪੰਗਤੀ ਮਹਾਰਾਜ ਜੀ ਦੀ ਬਾਣੀ ਵਿੱਚੋਂ ਸੁਣਾਵਾਂ ਸੁੱਖ ਦੁੱਖ ਪੂਰਵ ਜਨਮ ਕੇ ਕੀਏ ਸੋ ਜਾਣੀ ਦਿਨ ਦਾਤੇ ਦੀ ਇੱਕ ਸ਼ਬਦ ਦੀ ਇੱਕ ਪੰਕਤੀ ਹੋਰ ਸੁਣਨ ਦੀ ਪੂਰਵ ਲਿਖੇ ਕਾ ਲਿਖਿਆ ਪਾਈਏ ਦੁੱਖ ਸੁੱਖ ਪ੍ਰਭ ਦੇਵਣ ਹਾਰ ਕਈ ਦੁੱਖ ਤੇ ਸੁੱਖ ਪੂਰਵਲੇ ਕਰਮਾਂ ਦੇ ਵੀ ਹੁੰਦੇ ਨੇ ਪੂਰਵਲੇ ਕਰਮ ਕੀ ਹੁੰਦੇ ਨੇ ਜੀ ਜਿਹੜੇ ਪਹਿਲਾਂ ਕੀਤੇ ਚਾਹੇ ਇੱਕ ਘੰਟਾ ਹੋਵੇ ਚਾਹੇ ਇੱਕ ਮਹੀਨਾ ਹੋਵੇ ਚਾਹੇ ਇੱਕ ਸਾਲ ਹੋਵੇ ਚਾਹੇ ਇੱਕ ਜਨਮ ਹੋਵੇ ਤੇ ਚਾਹੇ ਕਈ ਜਨਮ ਹੋਣ ਇਹਨਾਂ ਨੂੰ ਕਹਿੰਦੇ ਨੇ ਪੂਰਵਲੇ ਕਰਮ ਬਸ
ਅਸੂਲ ਧਰਤੀ ਵਾਲਾ ਹੀ ਰੱਗ ਹੁੰਦਾ ਹੈ ਜੋ ਮਹਾਰਾਜ ਸਮਝਾਉਂਦੇ ਨੇ। ਕਹਿੰਦੇ ਜਿਵੇਂ ਆਪਾਂ ਬੀਜ ਬੀਜਦੇ ਹਾਂ, ਕਈ ਬੂਟਿਆਂ ਨੂੰ ਫਲ ਮਹੀਨੇ ਬਾਅਦ ਲੱਗਣ ਲੱਗ ਪੈਂਦੇ ਨੇ, ਕਈ ਬੂਟੇ ਫਲ ਫੁੱਲ 6 ਮਹੀਨੇ ਬਾਅਦ ਦਿੰਦੇ ਨੇ, ਕਈ ਐਸੇ ਨੇ ਜਿਹੜੇ ਸਾਲ ਬਾਅਦ ਵੀ ਦਿੰਦੇ ਨੇ। ਬਿਲਕੁਲ ਇਸੇ ਤਰ੍ਹਾਂ ਸੁਣਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਗਿਆਨ ਭਰਪੂਰ ਬਾਤ, ਕਈ ਕਰਮਾਂ ਦਾ ਫਲ ਸਾਨੂੰ ਉਸੇ ਵੇਲੇ ਮਿਲ ਜਾਂਦਾ ਹੈ, ਕਈ ਕਰਮਾਂ ਦਾ ਫਲ ਸਾਨੂੰ 6 ਮਹੀਨੇ ਬਾਅਦ ਸਾਲ ਬਾਅਦ ਮਿਲਦਾ ਹੈ। ਕਈ ਵਾਰ ਐਸਾ ਵੀ ਹੁੰਦਾ ਹੈ ਜਿਹੜਾ ਆਪਾਂ ਕੰਮ ਕੀਤਾ ਹੁੰਦਾ ਹੈ ਉਹਦਾ ਫਲ ਨਹੀਂ ਮਿਲਿਆ ਹੁੰਦਾ, ਬੀਜ ਅਜੇ ਸਰੀਰ ਰੂਪੀ ਧਰਤੀ 'ਚ ਹੀ ਪਿਆ ਹੁੰਦਾ ਹੈ, ਜੀਵ ਦੀ ਮੌਤ ਹੋ ਜਾਂਦੀ ਹੈ। ਕੈਸੀ ਬਾਤ ਮਹਾਰਾਜ ਜੀ ਨੇ ਬਾਣੀ 'ਚ ਸਮਝਾਈ, ਕੈਸੀ ਡੂੰਘੀ ਖੇਡ ਹੈ ਕਰਮਾਂ ਦੀ। ਕਈ ਕਰਮ ਐਸੇ ਹੁੰਦੇ ਨੇ ਇੰਨਾ ਡੂੰਘਾ ਬੀਜ ਬੀਜਿਆ ਹੁੰਦਾ ਹੈ ਉਹਦਾ ਆਪਾਂ ਨੂੰ ਫਲ ਅਜੇ ਮਿਲਿਆ ਨਹੀਂ ਹੁੰਦਾ, ਜੀਵ ਦੀ ਮੌਤ ਹੋ ਜਾਂਦੀ ਹੈ। ਅਤੇ ਸਤਸੰਗੀਓ, ਉਹ ਕਰਮਾਂ ਦਾ ਫਲ ਭੁਗਤਣ ਵਾਸਤੇ ਜੀਵ ਨੂੰ ਦੁਬਾਰਾ ਜਨਮ ਲੈਣਾ ਪੈਂਦਾ ਹੈ। ਮੈਂ ਤੁਹਾਨੂੰ ਬਾਣੀ ਵਿੱਚੋਂ ਸੁਣਾਵਾਂ, ਹਰ ਇੱਕ ਗੱਲ ਤੁਹਾਨੂੰ ਸੱਚੀ ਲੱਗੇ। ਦਸੀ ਮਾਸੀ ਮਾਨਸ ਕੀਆ ਬਣ ਜਾਰੀਆ ਮਿੱਤਰਾ, ਕਰ ਮੋਲਤ ਕਰਮ ਪਮਾਏ, ਮੋਲਤ ਕਰ ਦੀਨੀ ਕਰਮ ਪਮਾਏ, ਜੈਸਾ ਲਿਖਤ ਤੁਰ ਪਾਇਆ। ਹੁਣ ਕਈ ਬੱਚੇ ਜੰਮਦੇ ਹੀ ਅਮੀਰ ਹੋ ਜਾਂਦੇ ਨੇ, ਦੇਖੋ ਕਰਮਾਂ ਦੀ ਕੈਸੀ ਖੇਡ, ਉਹ ਜੰਮੇ ਹੀ ਅਮੀਰ ਦੇ ਘਰ, ਜੰਮਦੇ ਨੌਕਰ ਚਾਕਰ ਖਲੋਤੇ ਨੇ। ਅਤੇ ਕਈ ਬੱਚੇ ਜੰਮਦੇ ਗਰੀਬ ਹੋ ਜਾਂਦੇ ਨੇ, ਤੁਸੀਂ ਤੱਕਦੇ ਹੋਵੋਗੇ ਚੌਂਕਾਂ 'ਚ ਲੋਕ ਖਲੋਤੇ ਮੰਗਦੇ ਨੇ ਵੀ ਬੱਚੇ ਨੂੰ ਦੁੱਧ ਪਿਲਾਉਣਾ ਹੈ। ਕਈ ਬੱਚੇ ਜੰਮਦੇ ਹੀ ਇੰਨੇ ਰੋਗੀ ਹੁੰਦੇ ਨੇ ਅਤੇ ਦੇਖਣ ਵਾਲਾ ਕਹਿੰਦਾ ਵੀ ਦੱਸ ਇਹਨੇ ਕਿਸੇ ਦਾ ਕੀ ਵਿਗਾੜਿਆ ਹੈ, ਜੰਮਦੇ ਏਡੇ ਏਡੇ ਰੋਗ ਲੱਗ ਜਾਂਦੇ ਨੇ। ਹਾਂ ਸਤਸੰਗੀ, ਜਨਮ ਹੋ ਗਿਆ ਏ ਇਸ ਸਰੀਰ ਰੂਪੀ ਧਰਤੀ ਦੇ ਵਿੱਚ, ਕਰਮਾਂ ਦੇ ਚੰਗੇ ਅਤੇ ਮੰਦੇ ਫਲ ਪਏ ਨੇ। ਜਿਸ ਤਰ੍ਹਾਂ ਵੱਡਾ ਹੋਏਗਾ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਦੁੱਖ ਅਤੇ ਸੁੱਖ ਆਉਣਗੇ, ਜ਼ਿੰਦਗੀ ਕਰਮਾਂ ਅਨੁਸਾਰ ਚੱਲੇਗੀ। ਇੱਕ ਛੋਟੀ ਜਿਹੀ ਤੁਹਾਨੂੰ ਉਦਾਹਰਣ ਦੇਵਾਂ। ਇੱਕ ਰਾਜਾ ਹੋਇਆ ਹੈ ਧ੍ਰਿਤਰਾਸ਼ਟਰ, ਸੱਚੀ ਗੁਰੂ ਗੋਬਿੰਦ ਸਿੰਘ ਜੀ ਵੀ ਜਦੋਂ ਇਹ ਕਰਮਾਂ ਦੀ ਖੇਡ ਦੀ ਗੱਲ ਕਰਦੇ ਉਹ 50 ਸਫ਼ਿਆਂ 'ਤੇ ਲਿਖਦੇ ਨੇ। ਰਾਜਾ ਹੋਇਆ ਧ੍ਰਿਤਰਾਸ਼ਟਰ, ਬੜਾ ਧਰਮੀ ਰਾਜਾ, ਬਹੁਤ ਲੰਬਾ ਚੌੜਾ ਉਸਦਾ ਰਾਜ, ਲੋਕ ਬੜੀ ਸੋਭਾ ਕਰਦੇ ਪਰ ਉਹ ਅੱਖਾਂ ਤੋਂ ਅੰਨਾ ਸੀ। ਅਤੇ ਹੁਣ ਉਹ ਸੀਗਾ ਸੁਗੜ ਸਿਆਣਾ ਬੰਦਗੀ ਵਾਲਾ, ਉਹਨੂੰ ਇਸ ਗੱਲ ਦੀ ਸੋਝੀ ਏ ਕਿ ਤਪੋ ਰਾਜ ਰਾਜੋ ਨਰਕ। ਜਿੰਨੀ ਜਿੰਨੀ ਕਿਸੇ ਦੀ ਦੁਨੀਆਂ ਵਿੱਚ ਇੱਜ਼ਤ ਵਡਿਆਈ ਹੈ ਨਾ, ਕੋਈ ਮਾਣ ਤਾਣ ਲੈ ਰਿਹਾ ਏ, ਉਹਦਾ ਉਹਦੇ ਪਿੱਛੇ ਤਪ ਖਲੋਤਾ ਹੈ। ਤਪ ਤੋਂ ਬਗੈਰ ਕਿਸੇ ਨੂੰ ਵਡਿਆਈ ਰਾਜ ਨਹੀਂ ਮਿਲਦੀ। ਉਹ ਕਹਿੰਦਾ ਜੇ ਤਪੋ ਰਾਜ ਹੈ, ਤਪ ਕੀਤਾ ਏ ਤਾਂ ਹੀ ਮੈਨੂੰ ਰਾਜ ਮਿਲਿਆ ਹੈ, ਮੈਂ ਚੰਗੇ ਭੋਗ ਰਿਹਾ ਏ, ਅਤੇ ਫਿਰ ਮੈਂ ਅੰਨਾ ਕਿਉਂ ਹੋ ਗਿਆ। ਇੱਕ ਦਿਨ ਬੰਦਗੀ 'ਚ ਬੈਠਾ 100 ਜਨਮ ਪਿੱਛੇ ਨੂੰ ਦੇਖੀ ਜਾਂਦਾ ਹੈ, 100 ਜਨਮ ਪਿੱਛੇ ਵੀ ਦੇਖ ਲਿਆ ਕੋਈ ਮਾੜਾ ਕੰਮ ਨਹੀਂ ਕੀਤਾ। ਹੁਣ ਆਪਣੇ ਤੋਂ ਉੱਚੀ ਰੂਹ ਨੂੰ ਪੁੱਛਦਾ ਏ ਕਿਉਂ ਇੰਨਾ ਹੋ ਗਿਆ, ਮੈਂ ਤਾਂ 100 ਜਨਮ ਤੱਕ ਲਿਆ। ਉਹ ਕਹਿੰਦਾ ਤੂੰ ਹੋਰ ਪਿੱਛੇ ਦੇਖ, ਫਲ ਕਰਮਾਂ ਦਾ ਇਹ ਰੱਬ ਕਿਸੇ ਦਾ ਦੁਖੀ ਨਹੀਂ ਹੁੰਦਾ। ਇਕਾਂਤ ਵਿੱਚ ਬੈਠਾ ਸਿਮਰਨ ਵਿੱਚ ਜੁੜਿਆ, ਲਿਓ ਉਸ ਨਿਰੰਕਾਰ ਨਾਲ ਲੱਗ ਗਈ, ਕੀ ਦੇਖਦਾ ਏ 108 ਜਨਮ ਪਿੱਛੇ ਚਲਾ ਗਿਆ, ਇੱਕ ਦਰਖਤ ਦੇ ਥੱਲੇ ਬੈਠਾ ਏ, ਹੱਥ ਵਿੱਚ ਇੱਕ ਡੱਕਾ ਤੀਲਾ ਫੜਿਆ ਹੋਇਆ ਏ, ਇੱਕ ਪਾਸੇ ਇੱਕ ਕਾਢਾ ਕੀੜਾ ਫੜਿਆ ਹੋਇਆ, ਉਹਦੀਆਂ ਅੱਖਾਂ ਵਿੱਚੋਂ ਤੀਲਾ ਮਾਰੀ ਜਾਂਦਾ ਹੈ। ਕਈ ਵਾਰ ਆਪਾਂ ਬੈਠੇ ਹੁੰਦੇ ਨਾ,
ਆਪਾਂ ਬੈਠੇ ਬੈਠੇ ਧਰਤੀ ਤੋਂ ਚੁੱਕ ਕੇ ਕੁਝ ਤੋੜੀ ਜਾਂਦੇ ਹਾਂ, ਮਰੋੜੀ ਜਾਂਦੇ ਹਾਂ ਫੁੱਲ ਪੱਤੀਆਂ, ਸਾਡਾ ਖਿਆਲ ਉਧਰ ਹੁੰਦਾ ਹੀ ਨਹੀਂ। ਓ ਜਿਹੜਾ 108 ਜਨਮ ਪਹਿਲਾਂ ਕੀੜੇ ਦੇ ਅੱਖਾਂ ਵਿੱਚ ਟੱਕੇ ਮਾਰੇ ਸੀ ਨਾ, ਉਹ ਮਾੜਾ ਬੀਜਿਆ ਹੋਇਆ ਬੀਜ ਉੱਗ ਪਿਆ। ਲੇਖ ਨਾ ਮਿਟੀ ਸਖੀ ਜੋ ਲਿਖਿਆ ਕਰਤਾਰ, ਜਪ ਲਓ ਲੇਖ ਨਾ ਮਿਟੀ ਸਖੀ ਜੋ ਲਿਖਿਆ ਕਰਤਾਰ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ, ਸਿਮਰੋ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ, ਲਿਖਿਆ ਫੇਰ ਨਾ ਸਕੀਏ ਜਿਉਂ ਪਾਵੀ ਤਿਉਂ ਸਾ, ਪਰ ਕਰਨ ਤੇ ਮੇਰਾ ਲੰਬੇਰਾ ਹੈ। ਪਰ ਸਮੇਂ ਦੀ ਸਮਾਪਤੀ ਵੱਲੋਂ ਜਾ ਰਿਹਾ ਹੈ ਕੀਰਤਨ ਦਾ ਤੱਤ। ਜਿਵੇਂ ਮੈਂ ਆਪ ਜੀ ਨੂੰ ਦੱਸਿਆ, ਹਰੇਕ ਧਰਮ ਦੇ ਕਰਮਾਂ ਪ੍ਰਤੀ ਆਪਣੇ ਆਪਣੇ ਖਿਆਲ ਹੈ ਤੇ ਹਰੇਕ ਵਿਦਵਾਨ ਦੇ ਵੀ ਆਪਣੇ ਖਿਆਲ ਹੈ। ਤੁਸੀਂ ਆਖੋਗੇ ਵੀ ਜੇ ਲੇਖ ਹੀ ਨਹੀਂ ਮਿਟਣੇ ਫਿਰ ਸਾਨੂੰ ਗੁਰਦੁਆਰੇ ਆਉਣ ਦਾ ਕੀ ਫਾਇਦਾ, ਫਿਰ ਸਾਨੂੰ ਨਿਤਨੇਮ ਕਰਨ ਦਾ ਕੀ ਫਾਇਦਾ, ਫਿਰ ਸਾਨੂੰ ਬਾਣੀ ਪੜ੍ਹਨ ਦਾ ਕੀ ਫਾਇਦਾ ਜੇ ਲੇਖ ਹੀ ਨਹੀਂ ਮਿਲਣੇ ਮਿਟਣੇ। ਭਗਤ ਤਰਲੋਚਨ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ, ਉਹ ਵੀ ਇਸ ਤਰ੍ਹਾਂ ਹੀ ਕਹਿੰਦੇ ਨੇ। ਉਹ ਕਹਿੰਦੇ ਨੇ ਪੂਰਵ ਲੋ ਕਿਰਤ ਕਰਮ ਨਾ ਮਿਟੇਰੀ ਕਰ ਗਹਿਣ, ਤਾਂ ਚੇ ਮੋਹੇ ਜਪੀਅਲੇ ਰਾਮ ਚੇ ਨਾਮਕ ਬਦਤ ਤਰਲੋਚਨ ਰਾਮ ਜੀ। ਮੈਂ ਤੇ ਰਾਮ ਨਾਮ ਜਪਦਾ ਹੀ ਤਾਂ ਹੈ ਵੀ ਮੇਰੇ ਕੀਤੇ ਮਾੜੇ ਕੰਮ ਮਿਟ ਜਾਣ, ਜੇ ਮਿਟਣੇ ਹੀ ਤਾਂ ਰਾਮ ਰਾਮ ਕਰਨ ਦਾ ਕੀ ਫਾਇਦਾ ਹੈ। ਹਾਂ ਸਤਸੰਗੀ, ਕੀਤੇ ਹੋਏ ਕਰਮਾਂ ਦਾ ਫਲ ਤੇ ਤੈਨੂੰ ਭੁਗਤਣਾ ਹੀ ਪੈਣਾ ਏ। ਗੁਰੂ ਦੀ ਨੇੜਤਾ ਦਾ ਇਹ ਫਲ ਤੈਨੂੰ ਮਿਲ ਜਾਏਗਾ, ਤੇਰੀ ਅਵਸਥਾ ਇੰਨੀ ਉੱਚੀ ਹੋ ਜਾਏਗੀ ਕਿ ਦੁੱਖ ਵੀ ਤੈਨੂੰ ਦੁੱਖ ਨਹੀਂ ਮਹਿਸੂਸ ਹੋਣਗੇ। ਫਿਰ ਸੁਣਿਆ ਦੀ, ਕੀਤੇ ਹੋਏ ਕਰਮਾਂ ਦਾ ਫਲ ਮਿਲਣਾ ਹੀ ਹੈ, ਗੁਰੂ ਦੀ ਨੇੜਤਾ ਦੀ ਇਹ ਬਖਸ਼ਿਸ਼ ਹੋਏਗੀ, ਤੈਨੂੰ ਦੁੱਖ ਵੀ ਦੁੱਖ ਮਹਿਸੂਸ ਨਹੀਂ।